ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿ ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਜੀ ਅੱਜ ਤੋਂ ਹੋਗੇ ਪੈਸੇ ਦੇ ਨਾਲ ਜੁੜੇ 6 ਵੱਡੇ ਬਦਲਾਅ ਤੁਹਾਡੀ ਜੇਬ ਤੇ ਪਵੇਗਾ ਭਾਰਾ ਅਸਰ ਜਾਣਨ ਦੇ ਲਈ ਵੀਡੀਓ ਨੂੰ ਹੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜ ਜਿਹਨੂੰ ਬਿਕ ਬ੍ਰੇਕਿੰਗ ਨਿਊਜ਼ ਕਹਿੰਦੇ ਨੇ ਅਕਤੂਬਰ ਦਾ ਮਹੀਨਾ ਸ਼ੁਰੂ ਹੋ ਗਿਆ ਜੀ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਸਾਡਾ ਵਿੱਤੀ ਅਤੇ ਰੋਜ਼ਾਨਾ ਦੀਆਂ ਲੋੜਾਂ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਨੇ ਬਦਲਾਅ ਨਵੇਂ ਨਿਯਮ ਸ਼ਨੀਵਾਰ ਤੋਂ ਲਾਗੂ ਹੋ ਗਏ ਨੇ ਇਨਾਂ ਚੋਂ ਕ੍ਰੈਡਿਟ ਕਾਰਡ ਤੋਂ ਲੈ ਕੇ ਸਰਕਾਰੀ ਯੋਜਨਾਵਾਂ ਦੇ ਨਿਯਮਾਂ 'ਚੋ ਬਦਲਾਅ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਜੇਕਰ ਤੁਸੀਂ ਮਿਊਚੁਅਲ ਫੰਡ 'ਚ ਨਿਵੇਸ਼ ਕਰਦੇ ਹੋ ਤਾਂ ਤੁਹਾਡੇ ਲਈ ਵੱਡਾ ਬਦਲਾਅ ਹੋ ਗਿਆ ਅਕਤੂਬਰ ਤੋਂ ਅਦੇਹਾ ਬਦਲਾਅ ਲਾਗੂ ਹੋਣ ਜਾ ਰਿਹਾ ਜੇ ਜੋ ਤੁਹਾਡੇ ਖਰਚੇ ਨਾਲ ਸੰਬੰਧਤ ਹੈ ਬਚਤ ਕੀਮਤ ਮਿਲੇਗਾ ਜ਼ਿਆਦਾ ਬਚਾ ਵਿਆਜ ਕੇਂਦਰ ਸਰਕਾਰ ਨੇ ਛੁੱਟੀਆਂ ਬਚਤ ਯੋਜਨਾਵਾਂ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਵੱਡਾ ਤੋਹਫਾ ਦਿੱਤਾ ਸਰਕਾਰ ਨੇ ਤੀਜੀ ਤੁਮਾਹੀ ਦੇ ਲਈ ਨਸਕੀਮਾ ਦੇ ਨਵੀਆਂ ਵਿਆਜ ਦਰਾਂ ਜਾਰੀ ਕੀਤੀਆਂ ਹਨ ਅਕਤੂਬਰ ਤੋਂ ਲਾਗੂ ਹੋਗੀਆਂ ਨੇ ਨਵੀਆਂ ਦਰਾਂ ਦੇ ਮੁਤਾਬਕ ਡਾਕਖਾਨੇ ਵਿੱਚ 3 ਸਾਲਾਂ ਦੇ ਜਮਾ ਰਾਸ਼ੀ ਤੇ 5.8 ਫੀਸਦੀ ਵਿਆਜ ਮਿਲੇਗਾ 2 ਸਾਲਾਂ ਦੀ ਜਮਾ ਰਾਸ਼ੀ ਤੇ ਵਿਆਜ ਦਰ 5.7 ਫੀਸਦੀ ਤੋਂ ਵਧਾ ਕੇ 5.7 ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਤੇ ਹੁਣ 7.6 ਫੀਸਦੀ ਦੀ ਵਿਆਜ ਦਰ ਮਿਲੇਗੀ ਮਿਊਚੁਅਲ ਫੰਡ ਨਾਮਜ਼ਦਗੀ ਹੁਣ ਮਿਊਚੁਅਲ ਫੰਡ ਚ ਨਿਵੇਸ਼ ਕਰਨ ਵਾਲਿਆਂ ਦੀ ਨਾਮਜ਼ਦਗੀ ਦੀ ਜਾਣਕਾਰੀ ਦੇਣੀ ਲਾਜ਼ਮੀ ਕਰ ਦਿੱਤੀ ਗਈ ਹੈ ਜੀ ਮਾਰਕੀਟ ਰੈਗੂਲੇਟਰ SEBI ਦੇ ਅਨੁਸਾਰ ਅਜੇ ਹਾ ਨਾ ਕਰਨ ਵਾਲੇ ਨਿਵੇਸ਼ਕਾਂ ਨੂੰ ਨਾਮਜ਼ਦਗੀ ਦੀ ਸਹੂਲਤ ਨਾਲ ਲੈਣ ਦਾ ਐਲਾਨ ਕਰਦੇ ਹੋਏ ਇੱਕ ਕੋਸ਼ਨਾ ਪੱਤਰ ਪੜਨਾ ਪਵੇਗਾ ਜਿਸ ਨੂੰ ਇਸਟ ਪ੍ਰਬੰਧਨ ਕੰਪਨੀਆਂ ਦੇ ਨਿਵੇਸ਼ਕਾਂ ਦੀ ਲੋੜ ਅਨੁਸਾਰ ਆਨਲਾਈਨ ਜਾਂ ਹਾਰਡ ਕਾਪੀ ਫਾਰਮ ਤੇ ਕੋਸ਼ਨਾ ਵਿਕਲਪ ਕਰ ਸਕਦੀਆਂ ਨੇ ਰਸੋਈ ਗੈਸ ਦੀ ਕੀਮਤ ਹਰ ਮਹੀਨੇ ਪਹਿਲੀ ਤਰੀਕ ਨੂੰ ਸਰਕਾਰੀ ਤੇਲ ਕੰਪਨੀਆਂ ਦੀ ਕੀਮਤ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ ਜੀ ਕ੍ਰੈਡਿਟ ਕਰ ਰਾਹੀਂ ਭੁਗਤਾਨਦਾਨ ਦੇ ਸੂਵੀ ਬਦਲ দেয়া ਗਿਆ ਹੈ ਦਾ ਡੀਮਾਰਟ ਖਾਤੇ ਨੂੰ ਲੌਗਇਨ ਲਈ 2 ਫੈਕਟਰ ਪ੍ਰਮਾਣਿਕਤਾ ਨੂੰ ਐਕਟਿਵੇਟ ਨਹੀਂ ਕੀਤਾ ਤਾਂ ਤੁਸੀਂ 1 ਅਕਤੂਬਰ ਤੋਂ ਵਪਾਰਕਾਤ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਵੋਗੇ ਅਟਲ ਪੈਨਸ਼ਨ ਯੋਜਨਾ ਦੇ ਨਿਯਮਾਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ ਜਾਣਨ ਲਈ ਚੈਨਲ ਤੇ ਭਾਈ ਸ਼ਾਰਟ ਵੀਡੀਓ